ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਪੁੱਤਰ ਸਾਹਿਬ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ ਪਿੰਡ ਚੁਗਾ ਬੰਦ ਲਈਏ, ਜਿੱਥੋਂ ਦੀ ਸੇਵਾ ਸੰਤ ਬਾਬਾ ਰੋਹਿਤ ਸਿੰਘ ਜੀ ਵੀ ਕਰ ਰਹੇ ਹਨ, ਇਸ ਸਥਾਨ ਤੇ ਮਨਾਇਆ ਜਾ ਰਿਹਾ ਹੈ। ਤੋਂ ਦੂਰੋਂ ਦੂਰੋਂ ਚੱਲ ਕੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਪਾਕਿਸਤਾਨ ਸਾਹਿਬ ਬਾਬਾ ਸ੍ਰੀ ਚੰਦ ਜੀ ਚੁਗਾ ਬੰਦ ਅਤੇ ਬਾਬਾ ਸ੍ਰੀ ਚੰਦ ਜੀ ਗੁਰਮੁਖ ਸੇਵਾ ਸੁਸਾਇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਆਂ ਨੂੰ ਜੀਆਂ ਨੂੰ ਸਾਰੀਆਂ ਹੀ ਸੰਗਤਾਂ ਨੂੰ ਬਾਬਾ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ, ਵਧਾਈਆਂ ਹੋਣ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ। ਜੋ ਵੀ ਆਪਣੇ ਮਨ ਦੀਆਂ ਭਾਵਨਾ ਲੈਕੇ ਆਇਆ ਸਾਰਿਆਂ ਦੀਆਂ ਭਾਵਨਾ ਸੱਚੇ ਪਾਤਸ਼ਾਹ ਪੂਰੀਆਂ ਕਰਨ। ਹੁਣ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਇੱਕ ਢਾਈ ਜਥੇ ਨੂੰ ਆਪਾਂ ਟਾਈਮ ਦੇਵਾਂਗੇ, ਉਸ ਤੋਂ ਬਾਅਦ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਜਸਪ੍ਰੀਤ ਕੌਰ, ਉਹਨਾਂ ਦੇ ਪਤੀ ਸਰਦਾਰ ਮਨਜੀਤ ਸਿੰਘ ਜੀ, ਉਹਨਾਂ ਨੂੰ ਆਪਾਂ ਸਨਮਾਨ ਕਰਨਾ, ਜੋ ਪਿੰਡ ਦੇ ਵਿੱਚ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਮੱਦੇਨਜ਼ਰ ਰੱਖਦੇ ਬਾਬਾ ਜੀ ਨੇ ਸਾਹਿਬ ਬਾਬਾ ਸ੍ਰੀ ਚੰਦ ਗੁਰਮੁਖ ਸੇਵਾ ਸੁਸਾਇਟੀ ਵੱਲੋਂ ਇਸ ਵਾਰ ਪਿਛਲੇ ਪੰਜ ਸੱਤ ਸਾਲਾਂ ਤੋਂ ਇਹ ਸਨਮਾਨ ਕਿਸੇ ਨਾ ਕਿਸੇ ਇੱਕ ਸ਼ਖਸੀਅਤ ਨੂੰ ਦਿੱਤਾ ਜਾ ਰਿਹਾ ਹੈ। ਸੋ ਇਸ ਵਾਰ ਦਾ ਸਨਮਾਨ ਜਿਸ ਸ਼ਖਸੀਅਤ ਦੀ ਚੋਣ ਹੋਈ ਹੈ ਉਹ ਸ਼ਖਸੀਅਤ ਆਪਣੇ ਵਿੱਚ ਵਿਰਾਜਮਾਨ ਹਨ, ਆਪਣੇ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਜਸਪ੍ਰੀਤ ਕੌਰ, ਉਹਨਾਂ ਦੇ ਪਤੀ ਸਰਦਾਰ ਲਵਜੀਤ ਸਿੰਘ ਨੂੰ ਆਪਾਂ ਇੱਕ ਢਾਡੀ ਜਥੇ ਦੀਆਂ ਵਾਰਾਂ ਸੁਣਦੀਆਂ, ਉਸ ਤੋਂ ਬਾਅਦ ਸਨਮਾਨ ਸਮਾਂ ਹੋਵੇਗਾ, ਉਸ ਤੋਂ ਬਾਅਦ ਬਾਕੀ ਜਿੰਨੇ ਢਾਡੀ ਜਥੇ ਆਏ ਹਨ ਵਾਹਿਗੁਰੂ ਦਾ ਉਹਨਾਂ ਨੂੰ ਟਾਈਮ ਦਿੱਤਾ ਜਾਵੇਗਾ। ਸੋ ਆਪਾਂ ਟਾਈਮ ਦੇ ਦਾਇਰੇ ਵਿੱਚ ਰਹਿਣਾ, ਸੋਨੀਆਂ ਬੇਨਤੀਆਂ ਕਬੂਲ ਕਰਨੀਆਂ। ਹੁਣ ਬੇਨਤੀ ਹੈ ਕਮਿਸ਼ਨਰੀ ਜਗ੍ਹਾ ਸਰਦਾਰ ਜਸਵੰਤ ਸਿੰਘ ਜੀ ਸੰਧੂ ਪਿੰਡ ਬਹਿਣ ਕੇ ਜ਼ਿਲ੍ਹਾ ਮੋਗਾ 10 ਮਿੰਟ ਵਾਸਤੇ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ, ਉਸ ਤੋਂ ਬਾਅਦ ਅਗਲਾ ਕਮਿਸ਼ਨਰੀ ਜਗ੍ਹਾ ਸਨਮਾਨ ਚਿਰ ਤੋਂ ਬਾਅਦ ਤਿਆਰ ਰਹੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾਂ ਪੁੱਛਿਆ, ਮੈਂ ਚੁੱਪ ਕੇ ਤੁਰੀ ਜਾਂਦਾ, ਮਾਂ ਪੁੱਛਿਆ ਵੀ ਮੱਥੇ ਨੂੰ ਲਾਣਾ ਜਦੋਂ ਜਦੋਂ ਟੰਗ ਇਹਦੇ ਮਾਂ ਪੁੱਛ ਬਹੁਤ ਘੱਟ ਮਿਲਦੇ ਨੇ। ਅੱਜ ਸਬੱਬੀ ਜਿਹੜੀਆਂ ਸ਼ਹੀਦਵਾਰਾਂ ਬਾਬਾ ਮਨੋਜ ਸਿੰਘ ਮਾਂ ਪੁਰਸ਼ ਸੰਗਤਾਂ ਨੂੰ ਬੜੇ ਪ੍ਰੇਮ ਦੇ ਨਾਲ ਧੀਆਂ ਨੂੰ ਜਾਂ ਪਰਿਵਾਰਾਂ ਨੂੰ ਜਿਹੜਾ ਮੈਂ ਆਉਂਦਿਆਂ ਵੇਖਦਾ ਰਹੀ ਹਾਂ ਬੜੀ ਮਿਰਖਤਾ ਦੇ ਨਾਲ ਜੋੜਦੇ ਨੇ ਕਿ ਰੱਬ ਦੇ ਨਾਲ ਰੱਬ ਜੁੜੇ ਤੇ ਰੱਬ ਦਾ ਰਾਹ ਵਿਖਾਉਂਦੇ ਨੇ। ਇਹ ਰੱਬ ਦਾ ਰਾਹ ਵਿਖਾਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਜੀ। ਜਿਹੜੀ ਦਿਨ ਰੱਬ ਤੋਂ ਮਿਲੀ ਹੋਵੇ ਉਹ ਕੋਈ ਸੱਚ ਮਿਲਣਾ ਹੀ ਮੰਗਦਾ। ਮੈਂ ਇਹਨਾਂ ਤੇ ਬੜਾ ਮੇਰਾ ਦਿਲ ਰਾਜੀ ਹੁੰਦਾ ਹੈ। ਮੈਂ ਨਿਮਾਣਾ ਜਿਹਾ ਜਥਾ ਜਸਵੰਤ ਸਿੰਘ ਬਰਾਮ ਕੇ ਮੈਂ ਜਦੋਂ ਸਵੇਰੇ ਆਇਆ ਮੈਨੂੰ ਕਹਿੰਦੇ ਮੈਂ ਜੋ ਗੁਰੂ ਦੇ ਘਰੋਂ ਬੜਾ ਕੁਛ ਮਿਲਦਾ ਹੈ ਪਰ ਲੈਣ ਵਾਲਾ ਉਹਦੇ ਨਿਆ ਹੋ ਜਾਂਦਾ ਹੈ, ਉਹ ਹੀ ਮੈਂ ਅੱਗੇ ਦਿੰਦਾ ਹੈ ਜਿਹਨੂੰ ਰਾਹ ਦਾ ਪਤਾ ਹੋਵੇ। ਬਾਬਾ ਮਨੋਜ ਸਿੰਘ ਜਿਹੜਾ ਹੈ ਅੱਜ ਤੋਂ ਕਈਆਂ ਦਿਨਾਂ ਤੋਂ ਕਈਆਂ ਮਹੀਨਿਆਂ ਤੋਂ ਬਾਬਾ ਜੀ ਦਾ ਜਨਮ ਦਿਹਾੜਾ ਆਉਣ ਵਾਲਾ ਸੀ ਤੇ ਸੰਗਤਾਂ ਨੂੰ ਜੋੜ ਕੇ ਤੇ ਪ੍ਰੇਰ ਕੇ ਕੋਈ ਲਾਲਚ ਵੀ ਕੋਈ ਸਾਧਨ ਵਾਲੀ ਗੱਲ ਨਹੀਂ ਜੋ ਆ ਕੇ ਮਾਇਆ ਵੰਡੀ ਜਾਂਦਾ ਹੈ। ਜਿਵੇਂ ਬਾਬੇ ਨਾਨਕ ਨੇ ਜਨਮ ਦਿੱਤੀ ਪਹਿਲਾਂ ਮਰਜ਼ਾਦਾ ਚਲਾਈ ਤੇ ਉਸਦੇ ਬਾਪ ਨੇ ਆਖਿਆ ਨਾਨਕ ਸੱਚਾ ਸੌਦਾ ਕਰ ਤੇ ਸੱਚਾ ਸੌਦਾ ਕੀਤਾ ਜਾ ਕੇ ਤਲਵੰਡੀਓ ਬਾਜ਼ਾਰ ਦੇ ਵਿੱਚੋਂ ਰਸਤੂ ਲਈ ਤੇ ਤਿੰਨ ਨੇ ਉਹਦਾ ਕੜਾਹ ਬਣਾ ਕੇ ਤੇ ਖੀਰ ਨਾਲ ਬਣਾ ਕੇ ਤੇ ਲੋੜਵੰਦਾਂ ਪਰਿਵਾਰਾਂ ਨੂੰ ਅੱਜ ਖੋਲ ਦਿੱਤਾ। ਬਾਬੇ ਨਾਨਕ ਨੇ ਸੌਦਾ ਤਾਂ ਉਹਨੇ ਲੈਣਾ ਜਿਹੜੇ ਨਸੀਬਾਂ ਵਾਲੇ ਨੇ। ਬਾਬੇ ਨਾਨਕ ਨੇ ਲੰਗਰ ਚਲਾਇਆ ਰਹਿੰਦੀ ਦੁਨੀਆਂ ਤੱਕ ਲੰਗਰ ਚੱਲੇਗਾ। ਕੋਈ ਤਗੜਾ ਜਾਵੇ ਮਾੜਾ ਜਾਵੇ ਵਜ਼ੀਰ ਜਾਵੇ ਫਕੀਰ ਜਾਵੇ ਬਾਬੇ ਨਾਨਕ ਦਾ ਲੰਗਰ ਖੁੱਲ੍ਹਾ ਹੈ। ਇਹਦੇ ਪਰ ਵੀ ਜਦੋਂ ਆਇਆ ਮਾਂ ਪੁੱਛ ਕਰੋ ਤੇ ਆ ਕੇ ਪਹਿਲਾਂ ਲੰਗਰ ਛਕੋ। ਉਸ ਮਰਜ਼ਾਦਾ ਦੇ ਨਾਲ ਹੀ ਚੱਲਦੇ ਪਏ ਨੇ ਫਿਰ ਨਾਲ ਮਾਇਆ ਦੇਵ ਜੀ ਵੀ ਭੇਜਦਾ। ਧੰਨਵਾਦ ਤੇ ਇਹਨਾਂ ਮਾਂ ਪੁਰਸ਼ਾਂ ਦਾ ਇਹਦੀਆਂ ਸੜਕਾਂ ਦਾ ਮੈਂ ਨਾਲ ਦੇ ਸਾਥੀ ਨੂੰ ਜੋੜਦਾ। ਪਹਿਲੀ ਬੰਦਰਾ ਬਾਬੇ ਨਾਨਕ ਜੀ ਹੱਥ ਸੁੱਖਿਆਂ ਦੇ ਵਿਕਾਸ ਦਿਨਾਂ ਦੇ ਪਾਏ ਪਹਿਲਾ ਬੰਦਰਾ ਮੇਰੀ ਸੱਚੀ ਬਾਬੇ ਨਾਨਕ ਨੋ ਪਹਿਲੀ ਬੰਦਰਾ ਮੇਰੀ ਸੱਚੀਆ ਬਾਬੇ ਨਾਨਕ ਨੋ ਰਾਜੀ ਤਾਂ ਕੀ ਤੇਰੋ
ਮੈਨੂੰ ਲੋਸ ਲੱਗੇ ਕਹਿ ਪੁੱਤਰਾਂ ਦੇ
ਪਾਚੋ ਦਾਤਿਆ ਉਹ ਕਹਿੰਦੇ ਪੁੱਤਰਾਂ ਦੇ ਪਾਚੋ ਦਾਤਿਆ ਮੇਰੇ ਮਹਿਲ ਸਖੇ ਉਹ ਮੈਨੂੰ ਕਹਿੰਦਾ ਕਹਿੰਦੇ ਔਂਤਰੀ ਉਹ ਪਾਪਾ ਕਹਿੰਦਾ ਆਂਦੇ ਔਂਤਰੀ ਮੈਨੂੰ ਕਹਿੰਦੇ ਕਹਿੰਦੇ ਲੈ ਉਹ ਮੈਂ ਪੁੱਜੇ ਦੇਵੀ ਦੇਵਤੇ ਬਾਬਾ ਫਿਰ ਨਹੀਂ ਮੰਗਦਾ ਉਹ ਮੇਰੀ ਆਸਨਾ ਪੂਰੇ ਹੋਵੰਦੀ ਮੈਨੂੰ ਸਾਰੇ ਲੋਕੀ ਕਹਿਣ ਉਹ ਮੇਰੇ ਫੁੱਲ ਬਣ ਗਏ ਹੈਗੇ ਆਪ ਤੇ ਮੇਰੇ ਗੀਤ ਬਣੇ ਹੋਏ ਵੈ ਉਹ ਬਾਬਾ ਮੈਨੂੰ ਖਾਣੇ ਪੀਣਾ ਭੁੱਲਿਆ ਉਹ ਮੇਰੇ ਮਹਿਲ ਸਕਰੇ ਸਤਿਗੁਰੂ ਜੀ ਆਖਦੇ ਅੱਗੋ ਛੇਵੇਂ ਸਤਿਗੁਰੂ ਆਖਦੇ ਉਹ ਤਾਂ ਕਹਿੰਦੇ ਤੀਨ ਦਿਆਰ ਤੇਰਾ ਭਾਗਾਂ ਦੇ ਵਿੱਚ ਪੁੱਤਰ ਨਾ ਉਹ ਮਾਤਾ ਇੱਕ ਨਾ ਲਿਖਿਆ ਮਾਤਾ ਜੀ ਕਹਿ ਜੋ ਕਰਕੇ ਸਬਰ ਨੂੰ ਮਾਤਾ ਜੀ ਕਹਿ ਜੋ ਕਰਕੇ ਸਬਰ ਨੂੰ ਨਾ ਰੋਰ ਵਖੀਆਂ ਗਾ ਅੱਗੋਂ ਆਖੇ ਮਾਤਾ ਸਲੱਖਣੀ ਅੱਗੋਂ ਫਿਰ ਦੁਬਾਰਾ ਆਉਂਦੀ ਮਾਤਾ ਸਲੱਖਣੀ ਸੰਗਤ ਜੀ ਹਾਰੇ ਬੋਲੀ ਬੋਲ ਉਹ ਮੇਰੇ ਸਤਿਗੁਰ ਛੇਵੇਂ ਪਾਤਸ਼ਾਹ ਮੇਰੇ ਸਤਿਗੁਰ ਛੇਵੇਂ ਪਾਤਸ਼ਾਹ ਮੇਰਾ ਬਹੁਤਾ ਸਵਰਨ ਤੋਰ ਉਹ ਮੇਰਾ ਪਨ ਸਵਰਨ ਦਾ ਰੁੜ ਗਿਆ ਉਹਨਾਂ ਦੇ ਪਰਖਾ ਤਾਲ ਮਟੋਰ ਉਹ ਚਾਹੀ ਨੂੰ ਮੈਂ ਚਾਹੀ ਗੰਗਾ ਮਹਾਰਾ ਤੈਨੂੰ ਆਸ ਤੈ ਗੰਗਾ ਮਹਾਰਾ ਪੁੱਤਰ ਮੇਰੀ ਵਿੱਚ ਭਰਾ ਬਾਬਾ ਹੁਣ ਤੂੰ ਹੱਥੀ ਲਿਖ ਦੇ ਉਹ ਬਾਬਾ ਜੀ ਹੁਣ ਤੂੰ ਹੱਥੀ ਲਿਖ ਦੇ ਤੇ ਲੈ ਲਾ ਕਾਗਜ਼ ਕਲਮ ਦਵਾਰ ਉੱਥੇ ਛੇਵੇਂ ਸਤਿਗੁਰ ਹੱਸ ਪੇ ਸੰਗਤ ਜੀ ਛੇਵੇਂ ਸਤਿਗੁਰ ਹੱਸ ਪੇ ਉਹ ਤਾਂ ਕਹਿੰਦੇ ਮੇਰੇ ਪਿਆ ਜੇ ਤੂੰ ਮਾਤਾ ਨਹੀਂ ਅੱਜ ਮੁੜਦੀ ਹੁਣ ਭੋਲੀਏ ਕਲਮ ਸੰਗਤ ਜੀ ਜਦੋਂ ਇਕਾਲ ਕੇ ਪਾਉਂਦਾ ਉਹ ਥੱਲਿਓ ਦਿੱਤੀ ਘੋੜੇ ਉੱਥੇ ਇੱਕ ਪਵੇ ਸਾਦਾ ਬਣ ਗਿਆ ਉਹ ਤੂੰ ਮੇਰਾ ਦਾਤਾ ਬੇਪਰਵਾਹ ਮਾਤਾ ਜੀ ਸੱਤ ਪੁੱਤ ਹੋਣਗੇ ਤੁਸਾਂ ਦੇਣਿਆ ਸਿੱਖ ਬਣਾ ਤੁਹਾਡੇ ਘਰਾਂ ਚ ਟੂਟ ਨਾ ਰਹੇਗੀ ਗੁਰੂ ਨਾਨਕ ਸੰਗ ਅੱਗੇ ਲਿਖਦੇ ਦਾਇਆ ਚੋ ਦਿਲ ਬਣਾ ਜਾਂਦੀ ਚੰਗਾ ਤੂੰ ਬਲਹਾਰ ਮਾਤਾ ਕਹਿੰਦੇ ਜਿਵੇਂ ਗੁਰੂ ਨੂੰ ਉਹ ਤੁਹਾਡਾ ਸ਼ੁਕਰ ਹੈ ਲੱਖ ਲੱਖ ਵਾਰ ਗੁਰਾਂ ਦਾ ਸ਼ੁਕਰ ਬਈ ਲੱਖ ਲੱਖ ਵਾਰ ਸਾਰ ਸਿੱਖ ਨੇ ਮਾਂ ਪੁਰਖਾਂ ਦੇ ਖੁਸ਼ੀਆਂ ਦੇਣੀਆਂ ਨੇ ਇਹਨਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲੀਆਂ ਨੇ ਤੇ ਰਿਸ਼ੀ ਦੀਆਂ ਦਾਤਾਂ ਮਿਲੀਆਂ ਨੇ ਤੇ ਬਾਹਰ ਦੀਆਂ ਸੈਨਾ ਕਨੇਡਾ ਤੇ ਅਮਰੀਕਾ ਦੀਆਂ ਇਹਨਾਂ ਮਾਂ ਪੁਰਖਾਂ ਨੇ ਚੀਜ਼ਵਾਰਾਂ ਦੇ ਕੇ ਦੁੱਧ ਦੀਆਂ ਰਾਤਾਂ
ਨਾਨਕ ਦੇ ਦਰਬਾਰ ਤੋਂ ਅੱਗੇ ਜਾਣ ਦਾ ਸਮਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੰਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ
Gracias.